ਜਲਾਲਾਬਾਦ ਵਿਖੇ ਆਵਾਰਾ ਪਸ਼ੂਆਂ ਦਾ ਮਸਲਾ ਇੱਕ ਵਾਰ ਫੇਰ ਹੋਇਆ ਗੰਭੀਰ। ਜਲਾਲਾਬਾਦ ਦੇ ਸ਼੍ਰੀ ਮੁਕਤਸਰ ਸਾਹਿਬ ਰੋਡ ਤੋਂ ਫਲਾਈਓਵਰ ਤੋਂ ਆਵਾਰਾ ਪਸ਼ੂਆਂ ਨੂੰ ਸ਼ਹਿਰ ਵੱਲ ਨੂੰ ਧੱਕੇ ਜਾਣ ਦੀਆਂ ਤਸਵੀਰਾਂ ਆਈਆਂ ਸਾਹਮਣੇ। ਜਾਣਕਾਰੀ ਅਨੁਸਾਰ ਬੀਤੇ ਕਈ ਦਿਨਾਂ ਤੋਂ ਪਿੰਡਾਂ ਤੋਂ ਸ਼ਹਿਰ ਵੱਲ ਨੂੰ ਆਵਾਰਾ ਪਸ਼ੂਆਂ ਨੂੰ ਭੇਜੇ ਜਾਣ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਇਸ ਮਾਮਲੇ ਦੇ ਵਿੱਚ ਲੋਕ ਆਪਸ ਦੇ ਵਿੱਚ ਉਲਝਦੇ ਦਿਖਾਈ ਦੇ ਰਹੇ ਹਨ। ਤਾਜ਼ਾ ਤਸਵੀਰਾਂ ਜਲਾਲਾਬਾਦ ਦੇ ਬਾਮਣੀਵਾਲਾ ਫਾਟਕ ਦੀਆਂ ਹਨ, ਜਿੱਥੇ ਸੇਮਨਾਲੀ ਦੀ ਪੁਲ 'ਤੇ ਪਿੰਡ ਵਾਲਿਆਂ ਦੇ ਵੱਲੋਂ ਬਕਾਇਦਾ ਇੱਕ ਚੌਂਕੀਦਾਰ ਰੱਖ ਦਿੱਤਾ ਗਿਆ, ਜਿਸ ਦੀ ਡਿਊਟੀ ਹੈ ਕਿ ਉਹ ਸ਼ਹਿਰ ਤੋਂ ਪਿੰਡਾਂ ਵੱਲ ਨੂੰ ਗਾਵਾਂ ਨੂੰ ਵਾਪਸ ਨਾ ਮੁੜਨ ਦੇਵੇ। ਉੱਧਰ ਦੂਜੇ ਪਾਸੇ ਸ਼ਹਿਰੀ ਆਬਾਦੀ ਨੂੰ ਵੀ ਇਹਨਾਂ ਆਵਾਰਾ ਪਸ਼ੂਆਂ ਦੇ ਨਾਲ ਕਾਫੀ ਨੁਕਸਾਨ ਉਠਾਉਣਾ ਪੈ ਰਿਹਾ। ਸ਼ਹਿਰ ਦੇ ਹੀ ਲੋਕਾਂ ਨੇ ਹੁਣ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਸ ਲੋਕਾਂ ਦੀ ਸ਼ਹਿਰ ਦੇ ਵਿੱਚ ਜ਼ਮੀਨ ਹੈ ਉੱਥੇ ਵੀ ਇਹ ਪਸ਼ੂ ਉਜਾੜਾ ਕਰਦੇ ਹਨ। ਫਿਲਹਾਲ ਇਹ ਸਮੱਸਿਆ ਦਿਨ ਬ ਦਿਨ ਗੰਭੀਰ ਰੂਪ ਲੈਂਦੀ ਹੋਈ ਦਿਖਾਈ ਦੇ ਰਹੀ ਹੈ। ਤਾਜ਼ਾ ਮਾਮਲੇ ਦੇ ਵਿੱਚ ਪਿੰਡਾਂ ਵਾਲਿਆਂ ਨੇ ਆਪਸੀ ਪੈਸੇ ਇਕੱਠੇ ਕਰ 11,000 ਰੁਪਈਆ ਮਹੀਨਾ ਅਤੇ ਇੱਕ ਚੌਂਕੀਦਾਰ ਨਿਯੁਕਤ ਕੀਤਾ ਹੈ, ਜਿਸ ਦੀ ਡਿਊਟੀ ਹੈ ਕਿ ਉਹ ਸ਼ਹਿਰ ਵੱਲ ਨੂੰ ਆਏ ਆਵਾਰਾ ਪਸ਼ੂ ਵਾਪਸ ਪਿੰਡਾਂ ਵੱਲ ਨੂੰ ਨਾ ਮੁੜਨ ਦੇਵੇ। ਪੁੱਲ 'ਤੇ ਕੀ ਕਰ ਰਹੇ ਹੋ? ਇੱਥੇ ਗਊਆਂ ਦੀ ਰਾਖੀ ਇਸ ਵਾਸਤੇ ਹੈਗੇ ਜੀ, ਜ਼ਿਮੀਂਦਾਰਾਂ ਸਾਨੂੰ ਰੱਖਿਆ ਅਤੇ ਅਸੀਂ ਮਜ਼ਦੂਰੀ ਕਰਕੇ ਰਾਤੀ ਦੀ ਨਿਕਲ ਗਏ। ਕੀ ਕੰਮ ਕੀ ਹੈ ਤੁਹਾਡਾ, ਕਾਹਦੇ ਲਈ ਰੱਖਿਆ ਤੁਹਾਨੂੰ? ਇਸੇ ਕਰਕੇ ਵੀ ਗਊਆਂ ਉਜਾੜੇ ਨਾ ਕਰਨ। ਕਿੱਧਰ ਨੂੰ? ਇੱਥੇ ਜ਼ਿਮੀਂਦਾਰਾਂ ਦੇ ਖੇਤਾਂ ਨੂੰ। ਅੱਛਾ, ਅਤੇ ਇਹ ਮਤਲਬ ਕਿ ਇਸ ਪੁੱਲ ਤੋਂ ਤੁਸੀਂ ਅੱਗੇ ਨਹੀਂ ਜਾਣ ਦਿੰਦੇ? ਅੱਗੇ ਨਹੀਂ ਜਾਣ ਦਿੰਦੇ, ਇਹ ਸ਼ਹਿਰ ਨੂੰ ਜਿਹਦੇ ਮਰਜ਼ੀ ਜਾਣ। ਸ਼ਹਿਰ ਨੂੰ ਜਾਣ? ਅਤੇ ਉਹ ਗਾਵਾਂ ਜਦੋਂ ਸ਼ਹਿਰ 'ਚ ਜਾਂਦੀਆਂ ਤਾਂ ਫਿਰ ਸ਼ਹਿਰ 'ਚ ਵੀ ਦਿੱਕਤ ਆਉਂਦੀ ਹੈ? ਦਿੱਕਤ ਆਉਂਦੀ, ਹਰ ਇੱਕ ਮੁਲਾਜ਼ਮ ਨੂੰ ਵੀ, ਕੋਈ ਵੀ ਬੱਚਾ ਹੋਵੇ, ਛੋਟਾ ਕੁੱਤਾ ਹੋਵੇ, ਕੋਈ ਵੀ ਸ਼ਹਿਰ ਆ ਸਕਦੀ ਵੀ ਕਿਸੇ ਦੇ ਵਹੀਕਲ ਦੇ ਵਿੱਚ ਨਾ ਵੱਜੇ, ਕਿਸੇ ਪਾਸੇ ਨਾ ਜਾਣ। ਹਾਂਜੀ, ਕੀ ਲੱਗਦਾ ਵੀ ਇਹ ਜੋ ਜਿਸ ਕੰਮ ਦੇ ਲਈ ਤੁਹਾਨੂੰ ਤਨਖਾਹ ਦਿੱਤੀ ਜਾ ਰਹੀ ਹੈ, ਕੰਮ ਸਹੀ ਹੈ? ਇਹ ਸਹੀ ਤਾਂ ਇਸ ਤਰ੍ਹਾਂ ਹੋ ਸਕਦਾ ਹੈ, ਜ਼ਿਮੀਂਦਾਰਾਂ ਨੂੰ ਸੋਚ ਹੋਣੀ ਚਾਹੀਦੀ ਅਤੇ ਸਰਕਾਰ ਨੂੰ ਹੋਣੀ ਚਾਹੀਦੀ ਹੈ ਵੀ ਕਿੱਲਾ ਪੈਲੀ ਦਾ ਬਿੱਲ ਕਰਕੇ ਰੱਖਣ ਅਤੇ ਜ਼ਿਮੀਂਦਾਰ ਪੱਠੇ ਪਾਉਣ ਗਊਆਂ ਨੂੰ, ਅਤੇ ਇਹ ਜਿਹੜੇ ਸਰਕਾਰ ਹੈ, ਸਰਕਾਰ ਜਿਹੜਾ ਕੋਈ ਆਵਾਰਾ ਪਸ਼ੂ ਹੋਵੇ ਉਹਨੂੰ ਇਕੱਠਾ ਕਰ ਦਿੰਦੇ ਵਿੱਚ ਰੱਖਣ। ਤੁਹਾਡਾ ਨਾਂ ਕੀ ਹੈ, ਕਿੱਥੇ ਰਹਿੰਦੇ ਹੋ? ਅੱਛਾ, ਫੁੱਲਾ ਸਿੰਘ ਮੈਨੂੰ ਇੱਕ ਗੱਲ ਦੱਸੋ, ਤੁਹਾਨੂੰ ਕਿੰਨੇ ਮਤਲਬ ਕਿ ਇੱਥੇ ਰੱਖਿਆ ਹੈ? ਇੱਥੇ ਮੰਗਤ ਸਿੰਘ ਜੀ। ਕੌਣ ਨੇ, ਕਿੱਥੋਂ ਦੇ ਰਹਿਣ ਵਾਲੇ? ਉਹ ਹੈਗੇ ਨੇ ਆਪਣੇ ਟੋਨਲ ਟਾਣੀ ਤੋਂ। ਅੱਛਾ ਜੀ, ਚੌਧਰੀ ਚੌਧਰੀ, ਉਹਨਾਂ ਨੇ ਤੁਹਾਨੂੰ ਰੱਖਿਆ? ਹਾਂਜੀ। ਕਿੰਨੀ ਤਨਖਾਹ ਦਿੰਦੇ ਤੁਹਾਨੂੰ? ਉਹ ਅੱਗੇ ਦਿੰਦੇ ਸੀ ਮੈਨੂੰ 8,000, ਹੁਣ ਹੋ ਗਏ 5-6 ਦਿਨ 11,000 ਕੀਤੀ। 11,000 ਰੁਪਇਆ ਤੁਹਾਨੂੰ ਇਸ ਕੰਮ ਦਾ ਦਿੰਦੇ ਆ ਕਿ ਤੁਸੀਂ ਪਿੰਡਾਂ ਵੱਲ ਨੂੰ ਗਾ ਨਹੀਂ ਜਾਣਦੇ? ਨਹੀਂ, ਪਿੰਡਾਂ ਵੱਲ ਗਾ ਨਹੀਂ ਜਾਣਦੇ ਇਸ ਪੁੱਲ ਤੋਂ। ਹਾਂਜੀ ਹਾਂਜੀ। ਅੱਛਾ, ਤੇ ਜਿਹੜੀਆਂ ਉੱਧਰ ਦਿਨ ਵੇਲੇ ਗਾਵਾਂ ਜਿਹੜੀਆਂ ਖੇਤਾਂ 'ਚ ਹੁੰਦੀਆਂ ਉਹਨਾਂ ਦਾ ਕੀ ਹੁੰਦਾ ਫਿਰ? ਉਹਨਾਂ ਦਾ ਇੱਕ ਜਿਹੜੇ ਦਿਨ ਚਰ ਚੁਰ ਕੇ ਅਤੇ ਸ਼ਾਮ ਨੂੰ 5 ਵਜੇ ਜਿਹੜੇ ਕਵਾਰਾ ਪਸ਼ੂ ਹੋਵੇ ਇੱਧਰ ਕਹਿੰਦੇ ਨੇ ਵੀ ਅਸੀਂ ਲੈ ਜਾਓ, ਇੱਧਰ ਲੈ ਜਾਓ, ਸ਼ਹਿਰ ਨੂੰ ਲੈ ਜਾਓ। ਹਾਂਜੀ। ਅੱਛਾ, ਸ਼ਹਿਰ 'ਚ ਮਤਲਬ ਕਿ ਸਾਰੇ ਪਸ਼ੂ ਜਿਹੜੇ ਆ ਉਹ ਛੱਡ ਦਿੱਤੇ ਜਾਂਦੇ? ਇਹ ਤਾਂ ਸਰਕਾਰ ਨੂੰ ਸੋਚ ਹੋਣੀ ਚਾਹੀਦੀ ਅਤੇ ਜ਼ਿਮੀਂਦਾਰਾਂ ਨੂੰ ਹੋਣੀ ਚਾਹੀਦੀ ਜਿੱਥੇ ਚਾਰਗ ਨਾਲ ਪੱਠੇ ਬੀਜਦੇ ਨੇ ਕਹਿਣਾ। ਤੁਹਾਡੇ ਨਾਲ ਵੀ ਪਤਾ ਲੱਗਿਆ ਵੀ ਲੋਕੀ ਲੜਨ ਆ ਜਾਂਦੇ? ਆਉਂਦੇ ਲੜਨ ਜੀ। ਕੀ ਕਹਿੰਦੇ? ਉਹ ਕਹਿੰਦੇ ਵੀ ਇੱਥੇ ਤੁਸੀਂ ਕਿਉਂ ਬਹਿੰਦੇ ਬਾਹਰ ਜਾਣ ਤੋਂ, ਅਤੇ ਜ਼ਿਮੀਂਦਾਰ ਸਾਨੂੰ ਰੱਖਦੇ ਨੇ, ਕਹਿ ਦਿੰਦੇ ਨੇ ਵੀ ਇੱਥੇ ਤੁਸੀਂ ਰੋਕ ਕੇ ਰੱਖੋ, ਤਾਂ ਅਸੀਂ ਰੋਕ ਕੇ ਰੱਖੀ, ਤਾਂ ਮਜ਼ਦੂਰੀ ਅਸੀਂ ਕਰਨੀ, ਅੱਜ ਇੱਥੇ ਕਰਨੇ ਕੱਲ੍ਹ ਹੋਰ ਪਾਸੇ ਕਰਨੀ, ਅਸੀਂ ਤਾਂ ਕੁਝ ਕਹਿ ਨਹੀਂ ਸਕਦੇ। ਹਾਂਜੀ ਠੀਕ ਹੈ। ਹਾਂਜੀ ਹਾਂਜੀ ਠੀਕ। ਦਲੀਪ ਸਿੰਘ ਜੀ, ਕੀ ਮਸਲਾ ਹੋਇਆ? ਕਣਕ ਦੇ ਵਿੱਚ ਬਾਹਮਣੀ ਦੇ ਵਿੱਚੋਂ ਲਿਆ ਗਿਆ ਗਾਈ 5-6 ਪਿੰਡਾਂ ਵਾਲਿਆਂ ਨੇ, ਅਤੇ ਮੇਰੀ ਕਣਕ ਇਕੱਲਾ ਘਰ ਦੀ ਕਣਕ ਅਤੇ ਠੇਕੇ ਦੀ ਜ਼ਮੀਨ, ਅਤੇ ਇੱਥੋਂ ਇਹ ਗਾਈ ਨਾ ਆਗਾਂ ਕਰਦੇ ਨਾ ਪੀਹਾਂ ਕਰਦੇ ਨੇ, ਸ਼ਹਿਰ ਦੇ ਲਾਗੇ ਹੀ ਕਣਕ, ਅਤੇ ਡੀ ਏ ਕਾਲਜ ਦੇ ਸਾਹਮਣੇ। ਅੱਛਾ, ਅਤੇ ਕੀ ਉੱਥੇ ਪੁੱਲ 'ਤੇ ਕੀ ਬੰਦਾ ਖੜਾ ਕੀਤਾ, ਕੀ ਮਸਲਾ? ਉਹ ਬੰਦੇ ਪਿੰਡਾਂ ਪੁੰਡਾਂ ਵਾਲੇ ਪੈਸੇ ਲੈਂਦੇ 200-300 ਰੁਪਇਆ ਲੈ ਕੇ ਬਹਿ ਰਹੇ ਨੇ ਜੀ, ਹੈ ਠੀਕ ਨੇ, ਇਹ ਉਹ ਆਉਂਦੇ ਨੇ, ਅਸੀਂ ਤਾਂ ਗਰੀਬ ਬੰਦੇ ਹਾਂ ਅਤੇ ਉਹ ਆਪ ਉਹ ਆਏ ਨੇ ਅਤੇ ਉਹ ਅੱਗੋਂ ਆਉਂਦੇ ਨੇ, ਥਾਣੇ ਜਾਲਾ ਜਾਂ ਜਿੱਥੇ ਮਰਜ਼ੀ ਚਲਾ ਜਾ ਬਿਠਾਉਣਾ। ਤੁਹਾਡਾ ਕੀ ਨੁਕਸਾਨ ਹੁੰਦਾ ਵੇ? ਮੇਰੇ ਕਣਕ ਖਰਾਬ ਕੀਤੀ ਜਾਂਦੀ, ਸਾਰੀ ਕਣਕ ਖਾਧੀ ਜਾਂਦੀ, ਇਕੱਲੇ ਘਰ ਦੀ ਕਣਕ ਅਤੇ ਸ਼ਹਿਰ ਦੇ ਲਾਗੇ ਕਿਸੇ ਦੀ ਕਣਕ ਮਰਲਾ ਵੀ ਨਹੀਂ ਜੀ। ਨਹੀਂ, ਅਤੇ ਇਹ ਜਿਹੜਾ ਮਤਲਬ ਕਿ ਇਹ ਗਾਵਾਂ ਇਹ ਆਉਂਦੀਆਂ ਕਿੱਥੋਂ ਹੈ? ਗਾਈ ਇੱਧਰੋਂ ਮੰਨੇ ਵਾਲੇ ਅਤੇ ਤਿੰਨਾਂ 'ਚੋਂ ਪਿੰਡਾਂ ਨੇ ਇਕੱਠੀਆਂ ਕਰਕੇ ਲਿਆਉਂਦੀਆਂ ਨੇ, ਇਹ ਨਹੀਂ ਪਤਾ ਗਊਸ਼ਾਲੇ 'ਚੋਂ ਗਈਆਂ ਹੋਈਆਂ ਨੇ ਕਿ ਕਿੱਥੋਂ ਗਈਆਂ ਹੋਈਆਂ। ਅੱਛਾ, ਇਹਨੂੰ ਸ਼ਹਿਰ ਦੇ ਵਿੱਚ ਪੁੱਲ ਦੇ ਰਾਹੀਂ ਜਿਹੜਾ ਕਿ ਅੰਦਰ ਐਂਟਰ ਕਰਤਾ? ਹਾਂਜੀ ਐਂਟਰ ਕਰ, ਅਤੇ ਹੁਣ ਵਾਪਸ ਨਹੀਂ ਜਾਣ ਦਿੰਦੇ? ਹਾਂ, ਵਾਪਸ ਨਹੀਂ ਜਾਣ ਦਿੰਦੇ, ਉਹ ਜਾਂਦੀਆਂ ਉਹ ਦੋਨੋਂ ਨੂੰ 4-5 ਦਿਨ ਹੋ ਗਏ ਨੇ, ਅੱਜ ਇਹਨਾਂ ਨੂੰ ਉਹ ਭੁੱਖੀਆਂ ਬੈਠੀਆਂ ਨੂੰ, ਉਹਨਾਂ ਨੂੰ ਕਿਸੇ 20 ਸਿਰ ਪੱਠੇ ਨਹੀਂ ਪਾਏ। ਤੇ ਤੁਹਾਡੇ ਖੇਤਾਂ 'ਚ ਨੁਕਸਾਨ ਹੁੰਦਾ ਫਿਰ? ਤੁਸੀਂ ਖੇਤ ਬਿਲਕੁਲ ਨਾਲ ਜੀ, ਇੱਕ ਇੱਥੋਂ ਇਹ ਕਿੱਥੇ ਗਾਈ ਠੱਲੀਆਂ ਨੇ ਨਾਲ ਖੇਤ, ਇਹ ਖੇਤ ਦੇ ਵਿੱਚ ਵਰਦੀਆਂ ਨੇ, ਅਸੀਂ ਤਿੰਨੇ ਚਾਰੇ ਜੀ 5 ਜੀ ਸਾਰੇ ਉੱਥੇ ਬੈਠੇ ਖੇਤ 'ਚ, ਅੱਗੋਂ ਆਖਿਆ ਆਉਣਿਆ ਤਾਂ ਵੀ ਇਹਨਾਂ ਨੂੰ ਕਿਤੇ ਵਿਹਲੇ ਲਾਓ ਤਾਂ ਸਾਡੇ ਗਾਲ ਪੈਂਦੇ ਨੇ।